ਗੁਰਦਾਸਪੁਰ 'ਚ ਆਪ ਨੂੰ ਫਿਲਹਾਲ ਵੱਡਾ ਇੱਕ ਹੋਰ ਝਟਕਾ ਲੱਗਾ। ਆਪ ਦੇ ਬੁਲਾਰੇ ਸੁਖਬਾਜ ਪਰਵਾਨਾ ਕਾਂਗਰਸ 'ਚ ਸ਼ਾਮਿਲ ਹੋ ਗਏ ਨੇ ਅਤੇ ਸੁਨੀਲ ਜਾਖੜ ਦੀ ਅਗਵਾਈ 'ਚ ਇਹ ਪਰਵਾਨਾ ਕਾਂਗਰਸੀ ਹੋ ਗਏ ਨੇ ਅਤੇ ਆਪ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੇ। ਇਹਨਾਂ ਨੇ ਇਸ ਤਰ੍ਹਾਂ ਦੇ ਇਲਜ਼ਾਮਾਤ ਲਾਏ ਨੇ ਅਤੇ ਆਪ ਦਮ ਘੁੱਟਣ ਲੱਗਿਆ ਇਹਨਾਂ ਨੂੰ ਆਪ 'ਚ, ਅਤੇ ਪਰਵਾਨਾ ਨੇ ਕਿਹਾ ਕਿ ਪਾਰਟੀ 'ਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਦੇ ਨਾਲ ਚੱਲਿਆ ਸੀਗਾ ਕਾਫਲੇ ਦੇ ਨਾਲ, ਉਸ ਵਕਤ ਅਸੀਂ ਇੱਕ ਸਿਸਟਮ ਨੂੰ ਲੈ ਕੇ ਚੱਲੇ ਸੀ ਕਿ ਇਹ ਵਾਲੀ ਪਾਰਟੀ ਜਿਹੜੀ ਇਹਦੇ ਤੋਂ ਬਹੁਤ ਉਮੀਦ ਸੀਗਾ ਕਿ ਇੱਕ ਸਿਸਟਮ ਨੂੰ ਬਦਲਣ ਦੀ ਲੜਾਈ ਆ, ਰਾਜਨੀਤਿਕ ਕੁਰਸੀ ਪ੍ਰਾਪਤ ਕਰਨ ਦੀ ਲੜਾਈ ਨੀਗੀ। ਬਹੁਤ ਮਿਹਨਤ ਕੀਤੀ, ਪਾਰਟੀ ਦੇ ਵੱਖ ਵੱਖ ਅਹੁਦਿਆਂ 'ਤੇ ਜ਼ਿੰਮੇਵਾਰੀਆਂ ਲਵਾਈਆਂ। 17 ਦੀ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਸੀ ਉਦੋਂ ਮੈਂ ਲੋਕ ਸਭਾ ਦਾ ਇੰਚਾਰਜ ਸੀਗਾ ਗੁਰਦਾਸਪੁਰ ਦਾ, ਕੈਂਪੇਨ ਵਿੰਗ ਦਾ। ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਜਦੋਂ ਲੋਕ ਸਭਾ ਜ਼ਿਮਨੀ ਚੋਣ ਹੋਈ ਆ ਗੁਰਦਾਸਪੁਰ ਦੀ, ਸਟਾਰ ਪ੍ਰਚਾਰਕ ਦੀ ਜ਼ਿੰਮੇਵਾਰੀ ਦਿੱਤੀ। ਉਸ ਤੋਂ ਬਾਅਦ ਮੈਂ ਬੁਲਾਰੇ ਦੇ ਤੌਰ ਦੇ ਉੱਤੇ ਵੀ ਪਾਰਟੀ ਦੇ ਵਿੱਚ ਸੇਵਾ ਨਿਭਾ ਰਿਹਾ ਵਾਂ। ਸੋ ਹੁਣ ਜੋ ਕੁਝ ਅਸੀਂ ਦੇਖਿਆ ਵਾ ਹੁਣ ਤੱਕ, ਸ਼ੁਰੂ ਤੋਂ ਲੈ ਕੇ, ਉਸ ਤੋਂ ਮਨ ਬਹੁਤ